ਐਬੀਪੀ ਸਾਝਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਰੋਹਿਤ ਪੱਕਾ ਇਸ ਵਕਤ ਕੁਰਕਸ਼ੇਤਰਾ ਦੇ ਪਿਪਲੀ ਸਦਰ ਠਾਣੇ ਦੇ ਬਾਹਰ ਖੜੇ ਹੋਏ ਹਾਂ ਤੇਜਿੰਦਰ ਪਾਲ ਸਿੰਘ ਬੱਗਾ ਬੀਜੇਪੀ ਦਾ ਉਹ ਚਿਹਰਾ ਦਿੱਲੀ ਤੋਂ ਇਲੈਕਸ਼ਨ ਲੜਦੇ ਨੇ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਨੇ ਲਗਾਤਾਰ ਬੀਜੇਪੀ ਦੇ ਲਈ ਆਪਣੀਆਂ ਤਕਰੀਰਾਂ ਰੱਖਦੇ ਰਹਿੰਦੇ ਨੇ ਪਰ ਅੱਜ ਸਵੇਰੇ ਜਿੱਦਾਂ ਖਬਰ ਆਉਂਦੀ ਹੈ ਕਿ ਤਜਿੰਦਰਪਾਲ ਸਿੰਘ ਬੱਗਾ ਨੂੰ ਅਰੈਸਟ ਕਰ ਲਿਆ ਗਿਆ ਔਰ ਅਰੈਸਟ ਕੀਤਾ ਗਿਆ ਦਿੱਲੀ ਤੋਂ ਔਰ ਪੰਜਾਬ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਤਾਂ ਚਰਚਾ ਇੱਕ ਛਿੜ ਜਾਂਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਉਂ ਅਰੈਸਟ ਕੀਤਾ ਗਿਆ ਤਾਂ 1 ਅਪ੍ਰੈਲ ਨੂੰ ਇੱਕ ਕੇਸ ਹੈ ਜਿਹੜਾ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਔਰ ਇਸੇ ਕੇਸ ਤੋਂ ਬਾਅਦ ਤਜਿੰਦਰਪਾਲ ਸਿੰਘ ਬੱਗਾ ਨੂੰ ਕਿਹਾ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਪੰਜ ਨੋਟਿਸ ਭੇਜੇਗੇ ਪਰ ਉਸ ਦਾ ਕੋਈ ਵੀ ਜਵਾਬ ਤਜਿੰਦਰਪਾਲ ਸਿੰਘ ਬੱਗਾ ਤਾਂ ਗਿਆ ਜਿਸ ਤੋਂ ਬਾਅਦ ਤੇਜਿੰਦਰਪਾਲ ਸਿੰਘ ਬੱਗਾ ਨੂੰ ਅੱਜ ਪੰਜਾਬ ਪੁਲਿਸ ਦੇ ਵੱਲੋਂ ਦਿੱਲੀ ਤੋਂ ਅरेस्ट ਕੀਤਾ ਜਾਂਦਾ ਔਰ ਜਿੱਦਾਂ ਹੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਕੁਰਕ ਖੇਤਰਾ ਪਹੁੰਚਦੀ ਹੈ ਤਾਂ ਰਾਸਤੇ ਦੇ ਵਿੱਚ ਹੀ ਪੁਲਿਸ ਦੀ ਟੀਮ ਨੂੰ ਰੋਕ ਲਿਆ ਜਾਂਦਾ ਔਰ ਰੋਕਿਆ ਜਾਂਦਾ ਹਰਿਆਣਾ ਪੁਲਿਸ ਦੇ ਵੱਲੋਂ ਕਿਉਂਕਿ ਦਿੱਲੀ ਪੁਲਿਸ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਉੱਪਰ ਕਿ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੁਲਿਸ ਦੇ ਕੁਝ ਅਧਿਕਾਰੀ ਜਾਂ ਪੁਲਿਸ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੇ ਅਰੈਸਟ ਨਹੀਂ ਕੀਤਾ ਬਲਕਿ ਉਹਨਾਂ ਨੂੰ ਕਿਡਨਾਪ ਕਰਕੇ ਲੈ ਕੇ ਜਾ ਰਹੇ ਨੇ ਤਾਂ ਕਿਡਨਾਪਿੰਗ ਦੀ ਜਿਹੜਾ ਕੇਸ ਹੈਗਾ ਉਹ ਪੰਜਾਬ ਪੁਲਿਸ ਦੇ ਉੱਤੇ ਦਰਜ ਕੀਤਾ ਜਾਂਦਾ ਔਰ ਕਿਤਨਾ ਕਿਤੇ ਹਰਾਸ਼ ਕਰਨ ਦਾ ਜਿਹੜਾ ਕੇਸ ਹੈਗਾ ਬਜ਼ੁਰਗਾਂ ਨੂੰ ਤੇਜਿੰਦਰਪਾਲ ਸਿੰਘ ਦੇ ਘਰ ਵਾਲਿਆਂ ਨੂੰ ਉਹ ਕੇਸ ਦੋ ਕੇਸ ਜਿਹੜੇ ਅਲੱਗ-ਅਲੱਗ ਦਰਜ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਦੇ ਉੱਪਰ ਤਾਂ ਲਗਾਤਾਰ ਤਾਂ ਇਸ ਵਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ ਔਰ ਦੂਜੇ ਪਾਸੇ ਇਸ ਵਕਤ ਦੀ ਸਭ ਤੋਂ ਅਹਿਮ ਅਪਡੇਟ ਇਸ ਵਕਤ ਦੀ ਅਹਿਮ ਅਪਡੇਟ ਕੋਰਟ ਦੇ ਵਿੱਚੋਂ ਆ ਰਹੀ ਹੈ ਦਿੱਲੀ ਪੁਲਿਸ ਨੇ ਕਿਸੇ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਨੂੰ ਆਪਣੀ ਹਿਰਾਸਤ ਦੇ ਵਿੱਚ ਨਹੀਂ ਲਿਆਤਾ ਕੋਰਟ ਦੇ ਵਿੱਚ ਜਿਹੜਾ ਇੱਕ ਪੱਖ ਹੈਗਾ ਉਹ ਰੱਖਿਆ ਗਿਆ ਕਿਉਂਕਿ ਤੇਜਿੰਦਰਪਾਲ ਸਿੰਘ ਬੱਗਾ ਨੂੰ ਇਸ ਪੁਲਿਸ ਸਟੇਸ਼ਨ ਤੋਂ ਰਿਹਾ ਕਰਕੇ ਜਿਹੜੀ ਪੁਲਿਸ ਹੈ ਦਿੱਲੀ ਦੀ ਪੁਲਿਸ ਹੈ ਉਹ ਆਪਣੇ ਨਾਲ ਲੈ ਗਈ ਹੈ ਖਬਰਾਂ ਕੁਝ ਜਹੀਆਂ ਆ ਰਹੀਆਂ ਸੀ ਕਿ ਪੰਜਾਬ ਪੁਲਿਸ ਦੇ ਦੋ ਜਿਹੜੇ ਅਧਿਕਾਰੀ ਨੇ ਜਾਂ ਪੰਜਾਬ ਪੁਲਿਸ ਦੇ ਦੋ ਕਰਮਚਾਰੀ ਨੇ ਉਹਨਾਂ ਨੂੰ ਸ਼ਾਇਦ ਦਿੱਲੀ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਪਰ ਹੁਣ ਜਿਹੜੀ ਅੰਦਰੋਂ ਅਪਡੇਟ ਨਿਕਲ ਕੇ ਆਈ ਹੈ ਹਾਈ ਕੋਰਟ ਤੋਂ ਜਿਹੜੀ ਅਪਡੇਟ ਨਿਕਲ ਕੇ ਆਈ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਕਿਸੇ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਨੂੰ ਆਪਣੀ ਹਿਰਾਸਤ ਦੇ ਵਿੱਚ ਨਹੀਂ ਲਿਆ ਤਾਂ ਇੱਕ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਵੀ ਜਿਹੜਾ ਆਪਣਾ ਸਪਸ਼ਟੀਕਰਨ ਆ ਉਹ ਭੇਜਿਆ ਗਿਆ ਕਿ ਦਿੱਲੀ ਪੁਲਿਸ ਦੇ ਵੱਲੋਂ ਕਿਸੇ ਵੀ ਅਧਿਕਾਰੀ ਨੂੰ ਆਪਣੀ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ ਹਾਲਾਂਕਿ ਗੱਲ ਕਰੀ ਜਾਵੇ ਹਰਿਆਣਾ ਦੀ ਤਾਂ ਇਸੇ ਪੁਲਿਸ ਸਟੇਸ਼ਨ ਦੇ ਅੰਦਰ ਜਿਹੜੇ ਕਰਮਚਾਰੀਆਂ ਦੇ ਵੱਲੋਂ ਤੇਜਿੰਦਰਪਾਲ ਸਿੰਘ ਬੱਗਾ ਨੂੰ ਅਰੈਸਟ ਕੀਤਾ ਗਿਆ ਸੀ ਸ਼ਾਇਦ ਉਹੀ ਅਧਿਕਾਰੀ ਇਸ ਪੁਲਿਸ ਸਟੇਸ਼ਨ ਦੇ ਅੰਦਰ ਨੇ ਔਰ ਹੁਣ ਤੋਂ ਕੁਝ ਦੇਰ ਤੱਕ ਹੁਣ ਤੋਂ ਕੁਝ ਦੇਰ ਪਹਿਲਾਂ ਸ਼ਰਦ ਚੋਹਾਨ ਜਿਹੜੇ ਏਡੀਜੀਪੀ ਪੰਜਾਬ ਨੇ ਉਹ ਇਸ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚੇ ਨੇ ਔਰ ਇੱਕ ਹੋਰ ਅਪਡੇਟ ਜਿਹੜੀ ਇਸ ਵਕਤ ਆਈ ਹੈ ਕਿ ਹਰਿਆਣਾ ਸਰਕਾਰ ਕੱਲ ਜਾਂ ਸੋਮਵਾਰ ਤੱਕ ਜਿਹੜਾ ਸਮਾਂ ਉਹ ਮੰਗ ਰਹੀ ਹੈ ਕਿਉਂਕਿ ਲਗਾਤਾਰ ਕੋਰਟ ਦੇ ਵਿੱਚ ਇਸ ਵਕਤ ਬਹਿਸ ਜਾਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਏਜੀ ਜਿਹੜੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਉਹ ਲਗਾਤਾਰ ਜਿਹੜੀ ਬਹਿਸ ਨੇ ਉਹ ਕਰ ਰਹੇ ਨੇ ਔਰ ਦੂਜੇ ਪਾਸੇ ਹਰਿਆਣਾ ਦੇ ਜਿਹੜੇ ਵਕੀਲ ਨੇ ਹਰਿਆਣਾ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਔਰ ਕੋਰਟ ਦੇ ਬਿਲਕੁਲ ਅੰਦਰ ਤੋਂ ਮੇਰੇ ਸਹਿਯੋਗੀ ਭੁੱਲਰਜੀਤ ਸਿੰਘ ਜਿਹੜੀ ਪਲ-ਪਲ ਦੀ ਅਪਡੇਟ ਸਾਡੇ ਤੱਕ ਪਹੁੰਚਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਅਪਡੇਟ ਆ ਉਹੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਰਹੇ ਆ ਸਭ ਤੋਂ ਪਹਿਲਾਂ ਔਰ ਸਭ ਤੋਂ ਸਟੀਕ ਕਿ ਕੋਰਟ ਦੇ ਵਿੱਚ ਜਿਹੜਾ ਪੱਖ ਰੱਖਿਆ ਗਿਆ ਕਿ ਦਿੱਲੀ ਪੁਲਿਸ ਦੇ ਵੱਲੋਂ ਕਿਸੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਜਾਂ ਉਹਨਾਂ ਨੇ ਹਿਰਾਸਤ ਦੇ ਵਿੱਚ ਜਾਂ ਕਹਿ ਲਿਆ ਡਿਟੇਨ ਹਲੇ ਤੱਕ ਨਹੀਂ ਕੀਤਾ ਔਰ ਦੂਜੀ ਗੱਲ ਹਰਿਆਣਾ ਸਰਕਾਰ ਕੱਲ ਜਾਂ ਸੋਮਵਾਰ ਤੱਕ ਦਾ ਜਿਹੜਾ ਸਮਾਂ ਉਹ ਮੰਗ ਰਹੀ ਹੈ ਕਿ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਜਵਾਬ ਹੈ ਉਹ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਦਿੱਤਾ ਜਾਣਾ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਰੋਕ ਕੀਤਾ ਗਿਆ ਸੀਗਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਿਹਾ ਗਿਆ ਕਿ ਅਸੀਂ ਇੱਕ ਜਿਹੜਾ ਮਤਲਬ ਮੁਲਜ਼ਮ ਹੈ ਉਸ ਨੂੰ ਲੈ ਕੇ ਆ ਰਹੇ ਸੀ ਪੰਜਾਬ ਦੇ ਪਰ ਪਰ ਰਾਸਤੇ ਦੇ ਵਿੱਚ ਰੋਕਿਆ ਜਾਂਦਾ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਇੱਕ ਅੜਕਣ ਪਾਉਣ ਦੀ ਕੋਸ਼ਿਸ਼ ਪੁਲਿਸ ਦੇ ਕੰਮ ਦੇ ਵਿੱਚ ਇੱਕ ਅੜਕਣ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੁਲਿਸ ਨੂੰ ਕਿਤੇ ਪੰਜਾਬ ਪੁਲਿਸ ਨੂੰ ਰੋਕਿਆ ਗਿਆ ਆਪਣੇ ਕੰਮ ਤੋਂ ਤਾਂ ਅਜਿਹਾ ਕੇਸ ਜਿਹੜਾ ਦੋਨੇ ਸਰਕਾਰਾਂ ਪੰਜਾਬ ਔਰ ਹਰਿਆਣਾ ਦੋ ਪੁਲਿਸ ਇੱਕ ਦੂਜੇ ਦੇ ਆਹਮਣੇ ਸਾਹਮਣੇ ਨਜ਼ਰ ਆ ਰਹੀਆਂ ਔਰ ਦੂਜੇ ਪਾਸੇ ਤੇਜਿੰਦਰਪਾਲ ਸਿੰਘ ਬੱਗਾ ਦੇ ਕਾਫਲੇ ਦਾ ਜ਼ਿਕਰ ਕਰ ਲਈਏ ਤਾਂ ਇਸ ਵਕਤ ਪਾਣੀਪਤ ਸੋਨੀਪਤ ਦੇ ਜਿਹੜਾ ਏਰੀਆ ਉਸ ਏਰੀਏ ਦੇ ਵਿੱਚ ਇਹ ਕਾਫਲਾ ਜਿਹੜਾ ਤੇਜਿੰਦਰਪਾਲ ਸਿੰਘ ਬੱਗਾ ਦਾ ਪਹੁੰਚ ਚੁੱਕਿਆ ਔਰ ਦੂਜੇ ਪਾਸੇ ਕਿਸ ਹੈ ਜਿਹੜਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਕਿਉਂਕਿ ਸਿੱਧਾ ਸਿੱਧਾ ਜਿਹੜਾ ਮਾਮਲਾ ਹੈ ਉਹ ਦੋ ਸਟੇਟ ਦੀ ਪੁਲਿਸ ਨੂੰ ਲੈ ਕੇ ਸਾਹਮਣੇ ਆ ਰਿਹਾ ਦੂਜੇ ਪਾਸੇ ਰਾਜਨੀਤੀ ਤੌਰ ਤੇ ਜ਼ਿਕਰ ਕਰ ਲਈਏ ਤਾਂ ਦੋਨੋਂ ਪਾਰਟੀਆਂ ਆਮ ਆਦਮੀ ਪਾਰਟੀ ਔਰ ਭਾਜਪਾ ਵੀ ਅਮਣੋ ਸਾਹਮਣੇ ਦਿਖਾਈ ਦੇ ਰੀਆਂ ਨੇ ਭਾਜਪਾ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਕਿ ਕਿਤਨਾ ਕਿਤੇ ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਕਿਤਨਾ ਕਿਤੇ ਪੁਲਿਸ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੁਲਿਸ ਆਜ਼ਾਦ ਤੌਰ ਤੇ ਕੰਮ ਕਰ ਰਹੀ ਹੈ ਪੁਲਿਸ ਦੇ ਵੱਲੋਂ ਕਿਸੇ ਦੇ ਦਬਾਅ ਦੀਨ ਕੰਮ ਨਹੀਂ ਕੀਤਾ ਜਾ ਰਿਹਾ ਲਗਾਤਾਰ ਜੋ ਪੁਲਿਸ ਕੰਮ ਕਰ ਰਹੀ ਹੈ ਉਹ ਕਿਸੇ ਦੇ ਦਬਾਅ ਦੀਨ ਨਹੀਂ ਕੀਤਾ ਜਾ ਰਿਹਾ ਪੁਲਿਸ ਸਟੇਸ਼ਨ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਔਰ ਇੱਕ ਹੋਰ ਅਪਡੇਟ ਜਿਹੜੀ ਤੁਹਾਡੇ ਤੱਕ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਦਾਵਾ ਕੀਤਾ ਗਿਆ ਕਿ ਸਵੇਰ ਤੋਂ ਲੈ ਕੇ ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਰਸਤੇ ਦੇ ਵਿੱਚ ਪੁਲਿਸ ਨੂੰ ਰੋਕਿਆ ਗਿਆ ਔਰ ਗੈਰ ਕਾਨੂੰਨੀ तरीके ਦੇ ਨਾਲ ਰੋਕਿਆ ਗਿਆ ਤਾਂ ਜਿਹੜੀ ਅੰਦਰ ਕੋਰਟ ਦੇ ਵਿੱਚ ਬਹਿਸ ਚੱਲ ਰਹੀ ਹੈ ਉਸ ਬਹਿਸ ਦੇ ਵਿੱਚੋਂ ਜਿਹੜੇ ਮੁੱਖ ਤੌਰ ਤੇ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੁੱਖ ਤੌਰ ਤੇ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਤੋਡੇ ਤੱਕ ਪਹੁੰਚਾਰੀਆਂ ਤੇ ਇਸ ਵਕਤ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਆ ਉਹਨਾਂ ਵੱਲੋਂ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਜਾ ਰਿਹਾ ਇਸ ਤੋਂ ਪਹਿਲਾਂ ਸੁਣਵਾਈ ਹੋਈ ਔਰ ਕੁਝ ਜਿਹੜੀ ਅੱਧੇ ਘੰਟੇ ਦੀ ਕਰੀਬ ਬ੍ਰੇਕ ਕੀਤਾ ਗਿਆ ਔਰ ਅੱਧੇ ਘੰਟੇ ਦੇ ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰ ਜਿਹੜੀ ਸੁਣਵਾਈ ਹੈ ਇਸ ਕੇਸ ਨੂੰ ਲੈ ਕੇ ਸ਼ੁਰੂ ਹੋ ਚੁੱਕੀ ਹੈ ਤਾਂ ਕੇਸ ਦੇ ਵਿੱਚ ਮੁੱਖ ਤੌਰ ਤੇ ਜ਼ਿਕਰ ਜ਼ਿਕਰ ਕੀਤਾ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਕੋਈ ਵੀ ਜਿਹੜਾ ਅਧਿਕਾਰੀ ਹੈ ਜਾਂ ਕੋਈ ਵੀ ਮੁਲਾਜ਼ਮ ਹੈ ਉਹ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਹੈ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਕੋਈ ਦੋ ਮੁਲਾਜ਼ਮ ਨੇ ਜਿਹੜੇ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤਾਂ ਇਹ ਚੀਜ਼ਾਂ ਦਾ ਖੰਡਨ ਕੀਤਾ ਜਾਇਆ ਖਬਰਾਂ ਦਾ ਜਿਹੜਾ ਖੰਡਨ ਹੈ ਉਹ ਕੀਤਾ ਗਿਆ ਔਰ ਹਰਿਆਣਾ ਸਰਕਾਰ ਦੇ ਵੱਲੋਂ ਕੱਲ ਤੱਕ ਦਾ ਜਾਂ ਸੋਮਵਾਰ ਤੱਕ ਦਾ ਜਿਹੜਾ ਸਮਾਂ ਹੈਗਾ ਉਹ ਮੰਗਿਆ ਗਿਆ ਹੈ ਕਤ ਤਕਰੀਬਨ ਤਕਰੀਬਨ 2 ਤੋਂ 3 ਦਿਨ ਦਾ ਜਿਹੜਾ ਸਮਾਂ ਹੈਗਾ ਉਹ ਹਰਿਆਣਾ ਸਰਕਾਰ ਦੇ ਵੱਲੋਂ ਮੰਗਿਆ ਜਾ ਰਿਹਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਸਵੇਰ ਤੋਂ ਲੱਕੇ ਲਗਾਤਾਰ ਜਿਹੜਾ ਪਰੇਸ਼ਾਨ ਹੈਗਾ ਉਹ ਪੰਜਾਬ ਪੁਲਿਸ ਨੂੰ ਕੀਤਾ ਜਾ ਰਿਹਾ ਔਰ ਇੱਥੇ ਹੀ ਬਸ ਨਹੀਂ ਪੰਜਾਬ ਪੁਲਿਸ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੋਕਿਆ ਗਿਆ ਇਹ ਦਾਵਾ ਪੰਜਾਬ ਦੇ ਜਿਹੜੇ ਵਕੀਲ ਨੇ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਕੀਤਾ ਗਿਆ ਤਾਂ ਜਿਹੜੀ ਕੋਰਟ ਦੇ ਅੰਦਰ ਦੀ ਖਬਰ ਹੈ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਮੇਰੇ ਸਹਿਯੋਗੀ ਭੁੱਲਰਜੀਤ ਸਿੰਘ ਅੰਦਰ ਤੋਂ ਜਿਹੜੀ ਸਾਰੀ ਅਪਡੇਟ ਕੋਰਟ ਦੇ ਵਿੱਚ ਕੀ ਪ੍ਰोसीडिंग ਚੱਲ ਰਹੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਚੱਲ ਰਹੀਆਂ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਇਸ ਕੇਸ ਦੇ ਵਿੱਚ ਜਿੱਦਾਂ ਹੀ ਕੋਈ ਨਵੀਂ ਅਪਡੇਟ ਆਏਗੀ ਤਾਂ ਤੁਰੰਤ ਫਿਰ ਤੋਂ ਇੱਕ ਵਾਰ ਰੁਕ ਕਰਾਂਗੇ ਤਦ ਤੱਕ ਦੇ ਲਈ ਦੇਖਦੇ ਰਹੋ এবিপি ਸਾਂਝਾ ਪੰਜਾਬ ਦੇ ਪੰਜਾਬੀਅ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾ এবিপি ਸਾਂਝਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ ABP ਸਾਂਝਾ ਜੋਸ਼ ਜਜ਼ਬਾ ਜਨੂਨ